ਕਿਵੇਂ ਭੈਣ ਅਜ਼ੀਮ ਉਲ ਹੱਕ ਪੀਰਜ਼ਾਦਾ ਸਾਹਿਬ ਦੇ ਨਾਲ ਸਵਾਲ ਹੈ ਜੋ ਹਰ ਸਿਆਸੀ ਜਮਾਤ ਦੇ ਮਨਸ਼ੂਰ 'ਚ ਲਿਖਿਆ ਹੁੰਦੇ ਕਿ ਉਹ ਆਵਾਮ ਦੀ ਫਲਾਹ 'ਚ ਤਾਲੀਮ ਸਿਹਤ ਦਾ ਅਤੇ ਦੂਜੇ ਕੰਮਾਂ ਦਾ ਉਹ ਖਿਆਲ ਕਰੇ ਸਨ, ਹਵਾਲੇ ਅਮਨ ਅਮਾਨ ਦੇ ਹਵਾਲੇ ਦੇ ਨਾਲ ਕਾਨੂੰਨ ਬਣੇ ਸਨ, ਆਇਨ ਦੀ ਬਾਲਾਦਸਤੀ, ਕਾਨੂੰਨ ਦੀ ਹੁਕਮਰਾਨੀ ਅਤੇ ਫੌਰੀ ਅਤੇ ਸਸਤੇ ਇਨਸਾਫ ਉਹਨਾਂ ਦੀ ਅਵਲੀਨ ਤਰਜੀਹ ਹੋ ਸੀ। ਲੇਕਿਨ ਇਹ ਸਾਡੇ ਮੁਲਕ 'ਚ ਕਿਆ ਥੀਂਦਾ ਪਏ, ਇਹਦੇ 'ਤੇ ਗੁਫਤਗੂ ਵੱਲ ਮੁਸ਼ਰਫ ਸਾਹਿਬ ਨੇ ਜਿਹੜੀ ਕੁਝ ਕੀਤੀ ਹੈ, ਭਿਰਾ ਨੇ ਜਿਹੜੀ, ਜਨਾਬ ਅਜ਼ੀਮ ਉਲ ਹੱਕ ਪੀਰਜ਼ਾਦਾ ਸਾਹਿਬ ਜੀ, ਸਭ ਤੋਂ ਪਹਿਲੇ ਤਾਂ ਮੈਂ ਇੱਕ ਅਰਜ਼ ਕਰ ਸਕਦਾ ਸਵਾਲ ਦੇ ਹਵਾਲੇ ਨਾਲ। ਜੀ ਜੀ ਬਿਸਮਿਲ੍ਲਾ। ਕਿ ਵਾਕਈ ਪਾਕਿਸਤਾਨ ਦੇ ਕਿਆਮ 'ਤੇ ਮੈਂ ਪਹਿਲੇ ਵੀ ਅਰਜ਼ ਕੀਤਾ ਹੈ ਕਿ ਇਸ ਸ਼ਰਤ ਨਾਲ ਹੋਇਆ ਹੈ ਕਿ ਬਈ ਇਸਲਾਮੀ ਫਲਾਹੀ ਰਿਆਸਤ ਬਣੇ ਸੂੰ, ਜਿੱਥਾਂ ਲੋਕ ਖੁਸ਼ਹਾਲ ਹੋ ਸਨ ਅਤੇ ਉੱਥਾਂ ਜਨਾਬ ਹਰ ਕੋਈ ਇਸਲਾਮ ਦੇ ਸੁਨਹਿਰੀ ਅਸੂਲਾਂ ਦੇ ਮੁਤਾਬਿਕ ਆਪਣੀ ਜ਼ਿੰਦਗੀ ਗੁਜ਼ਰੇ ਸੂੰ। ਜੀ ਅਗਰ ਉਹ ਅਸੂਲਾਂ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰ ਗਿੰਦੇ ਤਾਂ ਮੇਰਾ ਖਿਆਲ ਹੈ ਇਹ ਵਾਕਈ ਇਸਲਾਮੀ ਫਲਾਹੀ ਰਿਆਸਤ ਬਣ ਜਾਂਦੀ। ਜੀ ਜੀ। ਨਾ ਦੋ ਟੁਕੜੇ ਹੁੰਦਾ ਮੁਲਕ। ਜੀ ਬਿਲਕੁਲ। ਨਾ ਕਰਪਸ਼ਨ ਹੁੰਦੀ। ਜੀ ਜੀ। ਖੌਫ ਖੁਦਾ ਅਵਲੀਨ ਸ਼ਰਤ ਹੈ ਫਲਾਹੀ ਰਿਆਸਤ ਬਣਾਉਣ ਵਾਸਤੇ। ਜੀ ਬਿਲਕੁਲ। ਕਿਉਂਕਿ ਇੱਕ ਬੰਦੇ ਦੇ ਅੰਦਰ ਅਗਰ ਸਿਆਸਤਦਾਨ ਦੇ ਦਿਲ 'ਚ ਅਗਰ ਖੌਫ ਖੁਦਾ ਹੈ ਨਾ, ਤੇ ਉਹ ਵੱਲ ਡਰ ਕੇ ਜਾਂ ਜਿਵੇਂ ਵੀ ਹੈ ਕਿ ਉਹਨੇ ਸਾਹਮਣਾ ਕਰਨਾ ਹੈ, ਕਬਰ 'ਚ ਵੰਜਣਾ ਹੈ, ਆਖਰਤ ਦਾ ਸਾਹਮਣਾ ਕਰਨਾ ਹੈ, ਜੀ ਜੀ, ਤੇ ਉਹ ਇਹ ਸਾਰਾ ਕੁਝ ਨਾ ਹੁੰਦਾ ਇਸ ਮੁਲਕ 'ਚ। ਤੇ ਇਹ ਫੌਰੀ ਸਸਤਾ ਇਨਸਾਫ ਵਾਕਈ ਇਹ ਮਨਸ਼ੂਰ ਦੇ ਹਿੱਸੇ ਹੁੰਦੇ ਨੇ, ਇਹ ਨੁਮਾਇਸ਼ ਵਾਸਤੇ ਚੀਜ਼ਾਂ ਹਨ, ਜਾਂ ਆਇਨ ਕੀ ਬਾਲਾਦਸਤੀ ਕਰੇਂਗੇ, ਕਾਨੂੰਨ ਕੀ ਹੁਕਮਰਾਨੀ ਹੋਗੀ, ਔਰ ਜਨਾਬ ਆਇਨ ਕੀ ਹੁਕਮਰਾਨੀ ਹੋਗੀ, ਆਇਨ ਕੀ ਰੇਟ ਜੋ ਹੈ ਵੋ ਕਾਇਮ ਰੱਖੇਂਗੇ, ਬਰਾਬਰ ਕਾ ਦਰਜਾ ਦਿਆ ਜਾਏਗਾ, ਔਰਤ ਕੇ ਹਕੂਕ ਕੇ ਹਵਾਲੇ ਸੇ ਬਾਤ ਹੋਗੀ, ਇਹ ਸਾਰੀ ਹੁਣ ਨੁਮਾਇਸ਼ੀ ਤੇ ਡਰਾਮੇਬਾਜ਼ੀ ਲੱਗਦੀ ਪਈ ਹੈ ਸਾਰੇ ਸਿਆਸਤਦਾਨਾਂ ਦੀ। ਅੱਛਾ ਜੀ। ਲੇਕਿਨ ਜਿਸ ਵੇਲੇ ਆਉਂਦੇ ਨੇ ਨਾ, ਹੁਣ ਤੁਸੀਂ ਦੇਖੋ ਇਹ ਜਿਹੜੀ ਮੌਜੂਦਾ ਹਕੂਮਤ ਹੈ ਜਾਂ ਕੋਈ ਹੋਰ ਹਕੂਮਤ ਹੈ, ਹੁਣ ਅਗਰ ਬਿੱਲ ਪਾਸ ਕਰਨਾ ਹੋਵੇ, ਜੀ ਜੀ, ਪਾਰਲੀਮੈਂਟੇਰੀਅਨਸ ਨੇ ਆਪਣੀ ਸਹੂਲੀਅਤ ਦਾ, ਕੋਈ ਤਨਖਾਹਾਂ ਵਧਾਉਣ ਦਾ ਜਾਂ ਕੋਈ ਆਪਣੇ ਪ੍ਰਿਵਿਲੇਜਸ ਦਾ, ਉਹ ਰਾਤੋਂ ਰਾਤ ਉਹ ਵੇਲੇ ਉਹ ਕੋਈ ਦੇਰ ਹੀ ਨਹੀਂ ਹੁੰਦੀ, ਉਹ ਫੌਰਨ ਪਾਸ ਹੋ ਜਾਂਦੇ। ਜੀ ਬਿਲਕੁਲ। ਅਤੇ ਜਿਹੜਾ ਆਵਾਮ ਦੀ ਫਲਾਹ ਵਾਸਤੇ ਕੋਈ ਕੰਮ ਕਰਨਾ ਹੈ, ਉਹਦੇ ਵਾਸਤੇ ਮੁਖਤਲਿਫ ਕਿਸਮ ਦੇ ਮਸਾਇਲ ਆ ਜਾਂਦੇ ਨੇ, ਮੁਖਤਲਿਫ ਕਿਸਮ ਦੀ ਸਾਜ਼ਿਸ਼ਾਂ ਹੋ ਜਾਂਦੀਆਂ ਨੇ, ਜਾਂ ਮੁਖਤਲਿਫ ਕਿਸਮ ਦੇ ਬਹਾਨੇ ਆ ਜਾਂਦੇ ਨੇ ਕਿ ਬਈ ਇਹਦੇ 'ਚ ਇਹ ਮੁਸ਼ਕਿਲਾਂ ਨੇ, ਇਹਦੇ 'ਚ ਇਹ ਮੁਸ਼ਕਿਲਾਂ ਨੇ। ਇਹ ਸਾਰੀ ਸਹੀ ਡਰਾਮੇਬਾਜ਼ੀ ਹੈ, ਨਾ ਫੌਰੀ ਇਨਸਾਫ ਹੈ ਨਾ ਸਸਤਾ ਇਨਸਾਫ। ਇਹ ਕਹਿੰਦੇ ਪੈਣ ਕਿ ਜਮਾਤ ਇਸਲਾਮੀ ਨੇ ਵੋਟ ਦਿੱਤੇ ਨਵਾਜ਼ ਸ਼ਰੀਫ ਕੋ, ਇਹ ਕੀ ਹੈ ਸਰ, ਤੁਹਾਡਾ ਆਪਣੀ ਜਮਾਤ ਦਾ ਵੀ ਤਾਂ ਕੁਝ ਦੱਸੋ। ਜਮਾਤ ਇਸਲਾਮੀ ਨੇ ਅਗਰ ਵੋਟ ਦਿੱਤੇ ਨਾ, ਉਹ ਵੋਟ ਦਿੱਤਾ ਹੈ ਸ਼ਖਸੀਅਤ ਦੀ ਬੁਨਿਆਦ ਦੇ ਉੱਤੇ। ਮੇਰੀ ਨਵਾਜ਼ ਸ਼ਰੀਫ ਦੇ ਖਿਲਾਫ ਤੁਹਾਡੀ ਪਟੀਸ਼ਨ ਆਈ ਖੜੀ ਆ, ਕਹਿੰਦੇ ਪੈਣ ਕਿ ਨਹੀਂ, ਮੇਰੀ ਗੱਲ ਸੁਣੋ ਨਾ ਸਰ, ਨਵਾਜ਼ ਸ਼ਰੀਫ ਕੋ ਵੋਟ ਨਹੀਂ ਦਿੱਤਾ। ਇਹ ਸਰ ਸੁਣ ਕੇ ਨੂੰ ਆਖੇ ਨੇ ਪੈਣ, ਰਾਜਾ ਜ਼ਫਰ, ਰਾਜਾ ਜ਼ਫਰੁਲ ਹੱਕ ਜਿਹੜਾ ਹੈ ਨਾ, ਜੀ ਜੀ, ਅਗਰ ਚੇ ਉਹ ਮੁਸਲਿਮ ਲੀਗ ਨੂੰ ਨੇ ਛੇ, ਲੇਕਿਨ ਉਹ ਇਸ ਮੁਲਕ ਦਾ ਮੇਰੇ ਖਿਆਲ ਚ ਉਹ ਸ਼ਰੀਫ ਤੇ ਕਰਪਸ਼ਨ ਤੋਂ ਪਾਕ ਸਿਆਸਤਦਾਨ ਹੈ। ਤੇ ਕਿਹੇ ਕਿਹੜੀ ਜਮਾਤ ਹੈ ਜ਼ਫਰੁਲ ਹੱਕ? ਮੋਗੀ ਗੱਲ ਸਹੀ ਹੈ, ਆਜ ਮੋਗੀ ਜਮਾਤ ਆ ਕੇ ਜਾ ਕੇ ਦੇਖੋ ਜੀ ਇਸ ਮੁਲਕ ਚ। ਮੇਰੀ ਅਰਜ਼ ਤੇ ਸੁਣੋ ਨਾ ਜਨਾਬ, ਮੈਂ ਨਹੀਂ ਬੋਲਿਆ ਇਹਨਾਂ ਦੇ, ਨਹੀਂ ਹੁਣ ਛੇਕੜਾ ਆ ਗਿਆ ਨਾ, ਹੁਣ ਤਾਂ ਮੇਰੀ ਗੱਲ ਸੁਣੋ, ਇਸ ਮੁਲਕ ਚ ਸਿਆਸੀ ਜਮਾਤਾਂ ਨੇ, ਜੀ ਜੀ, ਤੇ ਪਰਵੇਜ਼ ਮੁਸ਼ਰਫ ਸਮੇਤ, ਜੀ ਜੀ, ਬੜੇ ਬੜੇ ਬਲੰਡਰਸ ਕੀਤੇ ਨੇ। ਪਰਵੇਜ਼ ਮੁਸ਼ਰਫ ਨੇ ਕੀ ਨਹੀਂ ਕੀਤਾ? ਮੁਲਕ ਤੋੜਿਆ ਹੈ, ਉਹਨੇ ਇੱਕ ਹੀ ਬਲੰਡਰ ਨਹੀਂ ਕੀਤਾ। ਸਹੀ ਮੈਂ ਦੱਸੇ ਨਾ, ਬਲੰਡਰ ਜਿਹੜੇ ਨੇ ਇਹ ਹਦੂਦ ਆਰਡੀਨੈਂਸ ਦੇ ਉੱਤੇ ਇਹਨਾਂ ਨੇ ਗੱਲ ਕੀਤੀ ਹੈ, ਕਰਪਸ਼ਨ ਦੀ, ਜੀ ਜੀ, ਹਦੂਦ ਆਰਡੀਨੈਂਸ ਦੀ ਗੱਲ ਕੀਤੀ ਹੈ। ਇਹ ਐਨਆਰਓ ਕੀ ਹੈ? ਐਨਆਰਓ, ਹਾਂਜੀ ਹਾਂਜੀ, ਇਹ ਇਸ ਮੁਲਕ ਦਾ ਬਦਤਰੀਨ ਬਲੰਡਰ ਹੈ। ਕਿਉਂ ਬੈਠੇ ਹੋ? ਇਹ ਜਿੰਨੇ ਵੀ ਕਰਪ, ਐਨਆਰਓ ਅਗਰ ਨਾ ਹੋਵੇ ਆ, ਹਾਂਜੀ, ਅਸਹੀ ਤਰ੍ਹਾਂ ਲੈ ਕਿਵੇਂ ਬੈਠੇ ਹੋ? ਐਨਆਰਓ ਦਾ ਮਤਲਬ ਹੈ, ਕੀ ਬੈਠੇ ਹੋ? ਐਨਆਰਓ ਦਾ ਮਤਲਬ ਹੈ ਐਨਆਰਓ, ਕਰਪਸ਼ਨ ਜਿਹੜਾ ਹੈ ਖਤਮ ਹੋ ਗਈ, 30,000 ਕਰੋੜ ਦੀ ਕਰਪਸ਼ਨ ਇਸ ਮੁਲਕ ਚ ਹੋਈ ਹੈ, ਕਿੰਨਾ ਬੜਾ ਬਲੰਡਰ ਹੈ, ਬਿਲਕੁਲ ਬਲੰਡਰ ਹੈ। ਜਮਾਤ ਇਸਲਾਮੀ ਦੀ ਸ਼ਖਸੀਅਤ ਦੀ ਬੁਨਿਆਦ ਤੇ ਵੋਟ ਡੇ ਦਿੱਤੇ, ਇਹਨਾਂ ਕਰਾਚੀ ਉਹ ਤਕਲੀਫ ਹੁੰਦੀ ਪਈ ਹੈ ਇਹਨਾਂ ਨੂੰ, ਕੀ ਕਰਨੇ ਕਰਾਚੀ ਦੇ ਵਿੱਚ ਇਲਾਕ ਕਰਨੇ ਨਵਾਜ਼ ਸ਼ਰੀਫ ਨੂੰ, ਹਾਲੀ ਵੀ ਹੋ ਗਈ ਹੈ ਦੇ ਵਿੱਚ ਇਲਾਕ ਕਰਨੇ ਇਹਨਾਂ ਨੇ, ਅੱਛਾ, ਥੱਕੇ ਖੜਨ ਇਹਦੇ ਕੋਲ, ਇਸ ਮੁਲਕ ਚ ਸਿੱਧੀ ਗੱਲ ਕਰਨ,
ਵਲ ਸੁਣੋ ਜੀ ਅਸੀਂ ਇਹ ਬਲੋਚਿਸਤਾਨ ਦਾ ਜਿਹੜਾ ਮਸਲਾ ਹੁਣ ਬਣਾ ਖੜੇ ਨਾ ਜੀ 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 ਜਿਹੜਾ ਮਸਲਾ ਪੈਦਾ ਕੀਤਾ ਹੈ ਹਾਂ ਕੀ ਨੇ ਇਹ ਪਰਵੇਜ਼ ਮੁਸ਼ਰਫ ਦੇ ਪੈਦਾ ਕਰਦਾ ਹੈ ਕਿਹੜਾ ਪਰਵੇਜ਼ ਮੁਸ਼ਰਫ ਇਹ ਬਲੋਚਿਸਤਾਨ ਜਿਹੜਾ ਪਰਵੇਜ਼ ਮੁਸ਼ਰਫ ਨੇ ਪਾਕਿਸਤਾਨ ਨੂੰ ਯੂਨਾਈਟ ਕੀਤੇ ਪਰਵੇਜ਼ ਮੁਸ਼ਰਫ ਦੇ ਪੈਦਾ ਕਰਦਾ ਅਕਬਰ ਬੁਗਟੀ ਕੋ ਜੀ ਜੀ ਮਾਰਨ ਦੀ ਕੀ ਲੋੜ ਆਈ ਕੀ ਕਰਿਆ ਜੀ ਹਾਂ ਸਰ ਅਜਰ ਬੁਟੀ ਕੋ ਕੀ ਕਰਿਆ ਉਹ ਪਹਾੜਾਂ ਤੇ ਚਲੇ ਗਏ ਮਿਜ਼ਾਈਲਾਂ ਦੇ ਫਾਇਰਿੰਗ ਤੇ ਭਾਈ ਮਜ਼ਾਕਰਾਤ ਨਾਲ ਤੁਸੀਂ ਸਭ ਕੁਝ ਕਰ ਸਕਦੇ ਹੋ ਮਜ਼ਾਕਰਾਤ ਨਾਲ ਕੋਈ ਕੋਈ ਦੁਸ਼ਮਣ ਮੁਲਕ ਤੇ ਹਮਲਾ ਥੋੜੀ ਹੁੰਦਾ ਪਿਆ ਜੀ ਦੇਖੋ ਨਾ ਵਲ ਅਜੀਬ ਗੱਲ ਲਾਲ ਮਸਜਿਦ ਜੇ ਬਾਅਦ ਮੈਂ ਕਲੀਅਰ ਕਰਨਾ ਚਾਹਤਾ ਹੂੰ ਲਾਲ ਮਸਜਿਦ ਦਾ ਜਿਹੜਾ ਮਾਮਲਾ ਹੈ ਬਲੋ ਮੈਂ ਕਲੀਅਰ ਕਰਨਾ ਚਾਹਤਾ ਹੂੰ ਜੇ ਬਾਅਦ ਮੈਂ ਜਿਹੜਾ ਮਾਮਲਾ ਹੈ ਅਕਬਰ ਬੁਗਟੀ ਕੋ ਉਹਨੇ ਨਹੀਂ ਮਰਵਾਇਆ ਮੁਸ਼ਰਫ ਸਾਹਿਬ ਨਹੀਂ ਉਹ ਕੌਣ ਮਾਰ ਗਏ ਮੁਸ਼ਰਫ ਰੱਖੇਂਦਾ ਪਿਆ ਹੈ ਐਸਾ ਉਡਾਏਂਗੇ ਕਿ ਉਹਨੇ ਪਤਾ ਨਹੀਂ ਚਲੇਗਾ ਵਾਜਪਾਈ ਮਾਰ ਗਏ ਵਾਕਿਆਤ ਹੋਏ ਹਾਂ ਪੈਦਾ ਹੋ ਗਏ ਦੇਖੋ ਜੀ ਮਾਮਲਾਤ ਹੋ ਗਏ ਦੇਖੋ ਸਿੱਖੀ ਕੇ ਜ਼ਿੰਮੇ ਬਲ ਸਾਹਿਬ ਛੋਟੀ ਜੇ ਮੈਂ ਹਕੂਕ ਦਾ ਮਸਲਾ ਹਾਂ ਹਾਂ ਜੀ ਸਾਡੇ ਮੁਲਕ ਇਸਲਾਮੀ ਸਿਮਾ ਅਸਮਾਨ ਦਾ ਸਰ ਅਸੀਂ ਇਸੇ ਪ੍ਰੋਗਰਾਮ ਵਿੱਚ ਆਏ ਅੱਛਾ ਅੱਛਾ ਸਾਡੇ ਉਸ ਸੂਬੇ ਦੇ ਹਕੂਕ ਵਾਸਤੇ ਵਿਚਾਰੇ ਉਸ ਵੀ ਗਿਆ ਸਾਡੇ ਸਾਡੇ ਮੁਲਕ ਨੂੰ ਖਾਸ ਮੈਂ ਜਮਾਤ ਦੂਜੀ ਗੱਲ ਸੁਣੋ ਅੱਛਾ ਇੱਕ ਸੈਕਿੰਡ ਮੈਂ ਜਮਾਤ ਇਸਲਾਮੀ ਦੀ ਗੱਲ ਜਮਾਤ ਇਸਲਾਮੀ ਦੀ ਗੱਲ ਨਹੀਂ ਕਰਦਾ ਜੀ ਜੀ ਮੈਂ ਸਾਰੀ ਜਿਹੜੀ ਸਿਆਸੀ ਦੀਨੀ ਜਮਾਤ ਉਹਨਾਂ ਸਾਰੀ ਜਮਾਤਾਂ ਦੀ ਇਹ ਗੱਲ ਕਰੇਨਾ ਕਿ ਇਹ ਸਾਰੀ ਸਿਆਸੀ ਇਸਲਾਮੀ ਜਮਾਤਾਂ ਦੀ ਗੁਲਾਮ ਇਹ ਆਪਣਾ ਮੁਸਤਕਬਲ ਖਤਮ ਕਰ ਚੁੱਕੀ ਹਨ ਸਿਆਸਤ ਕੌਣ 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 ਸਾਰੀ ਤੁਹਾਡੀ ਜਮਾਤ ਪਾਕ ਸਰਜ਼ਮੀਨ ਪਾਰਟੀ ਦਾ ਹੋਣਾ ਹੀ ਹੈ ਜਮਾਤ ਮੈਂ ਇਸਲਾਮੀ ਮੈਂ ਇਸਲਾਮੀ ਜਮਾਤਾਂ ਦੀ ਗੱਲ ਕਰ ਰਿਹਾ ਹਾਂ ਇਹ ਖਾਲੀ ਜਮਾਤ ਇਸਲਾਮੀ ਦਾ ਖਰ ਦੇ ਵਿੱਚ ਇਹਨਾਂ ਆਪਣਾ ਮੁਸਤਕਬਲ ਖਤਮ ਕਰ ਲਿਆ ਹੈ ਜਰਾ ਸੁਣ ਕੇ ਇਹਨਾਂ ਆਪਣਾ ਮੁਸਤਕਬਲ ਖਤਮ ਕਰ ਲਿਆ ਹੈ ਕਿਉਂਕਿ ਇਹ ਜਮਾਤਾਂ ਜਿਹੜਾ ਪ੍ਰੀਵੇਲ ਕਰੇਂਦੀਆਂ ਪਈਆਂ ਉਹ ਇਸਲਾਮ ਦੇ ਨਾਂ ਤੇ ਕਰੇਂਦੀਆਂ ਪਈਆਂ ਲੇਕਿਨ ਜਿਹੜਾ ਇਹ ਕਾਨੂੰਨ ਪਾਸ ਕੀਤਾ ਹੈ ਇਹ ਇਸ ਟਾਈਮ ਅਸਲ ਪਾਰਟੀ ਜਿਹੜੀ ਇਸ ਮੁਲਕ ਵਿੱਚ ਇਸਲਾਮੀ ਫਲਾਹੀ ਰਿਆਸਤ ਕਾਇਮ ਕਰਨ ਲਈ ਖਤਮੇ ਨਬੂਵਤ ਵਾਲੇ ਉਹ ਜਮਾਤ ਇਸਲਾਮੀ ਕੋਈ ਵੀ ਸਿਆਸੀ ਜਮਾਤ ਨਹੀਂ ਕੀਤਾ ਨਾ ਇਸ ਜਮਾਤ ਪ੍ਰੋਟੈਸਟ ਨਹੀਂ ਕੀਤਾ ਇਹ ਇਸਲਾਮੀ ਸਿਆਸਤ ਨਹੀਂ ਕਰਦੀਆਂ ਇਹ ਆਪਣੀ ਜ਼ਰੂਰੀਅਤੀ ਸਿਆਸਤ ਹੈ ਸਰ ਮਜਲਿਸੇ ਅਮਲ ਬਣ ਗਈ ਹੈ ਮੌਲਾਨਾ ਮਜਲਿਸੇ ਅਮਲ ਦਾ ਜਿਹੜਾ ਮਸਲਾ ਹੈ ਨਾ ਉਹ ਤਕਲੀਫ ਦਾ ਤਰੀਕ ਹੈ ਉਸ ਨੇ ਮਜਲਿਸੇ ਅਮਲ ਬਣ ਗਿਆ ਆਪ ਕੋ ਕੀ ਮੈਂ ਸੇ ਨਾ 2000 ਤਕਲੀਫ ਪਹੁੰਚਦੀ 2000 ਮੁਸ਼ਰਫ ਸਾਹਿਬ ਕਹਿੰਦੇ ਕਾਨੂੰਨ ਦੀ ਹੁਕਮਰਾਨੀ ਸ਼ੁਰੂ ਹੋ ਗਈ ਹੈ ਠੀਕ ਹੈ ਅਲਹਮਦੁਲਿਲਾ ਇਹ ਮੁਸ਼ਕਿਲ ਵੰਜਣ ਦਾ ਮਕਸਦ ਜਿਹੜੀ ਜਿਹੜੀ ਅਦਲੀਆ ਈ ਟਾਈਮ ਮੌਜੂਦ ਹੈ ਇਹਦੇ ਕੋਲ ਤਹਫਜ਼ਾਤ ਹੈ ਨਹੀਂ ਹੁਣ ਤਾਂ ਅਦਲੀਆ ਸਹੀ ਹੈ ਸਰ ਆਓ ਬਿਲਕੁਲ ਆਉਂਦੇ ਪਏ ਨਵਾਜ਼ ਸ਼ਰੀਫ ਫੇਸ ਕਰਨ ਦਾ ਪਏ ਜ਼ਰਦਾਰੀ ਸਾਹਿਬ ਨੇ ਫੇਸ ਕੀਤੇ ਮੁਸ਼ਰਫ ਸਾਹਿਬ ਵੀ ਆਵੇ ਲੇਕਿਨ ਉਹ ਨਾ ਇਨਸਾਫੀ ਨਾ ਹੋ ਸੀ